ਹਰਜੀਤ ਜ਼ਮਾਨਾ ਵੇਖ ਲਾ ਕਿੰਨਾ ਚੇਂਜ ਹੋ ਗਿਆ ਨਾ। ਹਾਂਜੀ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਬੱਚੇ ਮੈਂ ਨਾ ਇੰਨੀ ਫਰਾਟੇਦਾਰ ਅੰਗਰੇਜ਼ੀ ਬੋਲਦੇ ਆ ਨਾ, ਕਿਆ ਹੀ ਬਾਤ। ਇੱਕ ਸਾਡੇ ਹੀ ਪਹਿਲੇ 12 ਸਾਲ ਆਈ ਬੈਕ ਟੂ ਸੀ ਡੈਟ ਇਹੀ ਸਿੱਖਦੇ ਲੰਘ ਗਏ ਸੀ ਬਸ। ਮੈਂ ਹਾਂ ਇਹ ਛੋਟੇ ਹੁੰਦੇ ਕਿੰਨਾ ਸੋਚਦੇ ਹੁੰਦੇ ਹਾਂ ਕਿ ਟੀਵੀ ਦੇ ਅੰਦਰ ਲੋਕ ਕਿੱਦਾਂ ਮਰ ਜਾਂਦੇ ਨੇ। ਹਰਜੀਤ ਮੇਰੇ ਦੋਸਤ ਕਹਿੰਦੇ ਤੂੰ ਜਦੋਂ ਦਾਰੂ ਪੀ ਕੇ ਘਰ ਜਾਂਦਾ ਆ ਤੇ ਤੇਰੀ ਘਰ ਵਾਲੀ ਕੁਛ ਆਉਂਦੀ ਨੀ ਹੈਗੀ। ਤੁਸੀਂ ਕਹਿਣਾ ਹੈ ਨਾ ਉਹਨਾਂ ਨੂੰ ਕਿ ਕਹਿੰਦੀ ਹੁੰਦੀ ਹੈ ਕੀੜੇ ਪੈਣਗੇ ਤੇਰੇ ਦੋਸਤਾਂ ਦੇ। ਨਹੀਂ ਨਹੀਂ ਅਸੀਂ ਤਾਂ ਹੁਣੇ ਘਰੋਂ ਖਾ ਕੇ ਹੀ ਆਏ ਹਾਂ, ਇੰਨੀ ਖੇਚਲ ਨਾ ਕਰਿਓ। ਇਹੋ ਜਿਹੇ ਪ੍ਰਾਹੁਣਿਆਂ ਦਾ ਕਦੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਦੁਬਾਰਾ ਆਟਾ ਗੁੰਨਣ ਦੀ ਨੌਬਤ ਲਿਆ ਦਿੰਦੇ ਨੇ। ਇਹ ਤੇ ਰੱਬ ਦਾ ਬੜਾ ਸ਼ੁਕਰ ਆ ਵੀ ਘਰ ਵਾਲੇ ਸੋਹਣੇ ਸੁਨੱਖੇ ਹੁੰਦੇ ਆ, ਨਹੀਂ ਤੇ ਤੁਸੀਂ ਹਿਸਾਬ ਲਾਓ ਵੀ ਦੋ ਦੋ ਜਾਣੇ ਪਾਰਲਰ ਜਾਣ ਤੇ ਕਿੰਨਾ ਖਰਚਾ ਹੋਣਾ ਕਰਨਾ ਹੈ। ਮੈਂ ਕਿਹਾ ਮੇਰੇ ਡੈਡੀ ਦਾ ਕੋਈ ਵੀ ਵਾਲ ਵਿੰਗਾ ਨਹੀਂ ਕਰ ਸਕਦਾ। ਕਿਉਂ, ਤੇਰੇ ਡੈਡੀ ਬੜੇ ਬਹਾਦਰ ਆ ਕਿਤੇ? ਕਿਉਂਕਿ ਕਿਉਂਕਿ ਉਹਨਾਂ ਦੇ ਸਿਰ ਤੇ ਵਾਲ ਹੀ ਨਹੀਂ ਆ। ਮੈਂ ਹਾਂ ਜ਼ਮਾਨਾ ਵੇਖ ਲਓ ਭਾਵੇਂ ਕਿੰਨਾ ਵੀ ਮਾਡਰਨ ਹੋ ਗਿਆ ਪਰ ਤਾਲਾ ਬੰਦ ਕਰਕੇ ਚਾਬੀ ਇੱਟ ਥੱਲੇ ਰੱਖਣ ਦਾ ਰਿਵਾਜ ਨਹੀਂ ਗਿਆ। ਅਜੇ ਵੀ ਤੁਹਾਨੂੰ ਇੱਕ ਪਤੇ ਦੀ ਗੱਲ ਦੱਸਾਂ? ਹਾਂਜੀ ਦੱਸੋ। ਮੈਂ ਕਿਹਾ ਗੁਜ਼ਰਿਆ ਹੋਇਆ ਵਕਤ ਤੇ ਘਰ ਵਾਲੀ ਨੂੰ ਫੜਾਏ ਹੋਏ ਪੈਸੇ ਕਦੇ ਵਾਪਸ ਨਹੀਂ ਆਉਂਦੇ। ਮੈਂ ਕਿਹਾ ਜੇ ਤਨਖਾਹ ਨਹੀਂ ਨਾ ਵੱਧ ਰਹੀ ਤੇ ਕੰਮ ਓਨਾ ਕੀ ਕਰੋ ਕਿ ਤਨਖਾਹ ਵੱਧ ਲੱਗੇ। ਮੈਂ ਹਾਂ ਕਿਸੇ ਬੀਮੇ ਵਾਲੇ ਦੇ ਕੋਲ ਬਹਿ ਜਾਓ ਨਾ ਤੇ ਉਹਨੇ ਇਹੋ ਜਿਹਾ ਅਹਿਸਾਸ ਕਰਾਉਣਾ ਹੁੰਦਾ ਆ ਨਾ ਕਿ ਜਿੱਦਾਂ ਜਿਉਣ ਨਾਲੋਂ ਬੰਦੇ ਨੂੰ ਮਰਨ ਦੇ ਜ਼ਿਆਦਾ ਫਾਇਦੇ ਨੇ। ਮੈਂ ਹਾਂ ਲੋਕ ਪਤਾ ਨਹੀਂ ਇੱਕ ਇੱਕ ਲੱਖ ਦੇ ਐਪਲ ਦੇ ਫੋਨ ਕਿਵੇਂ ਲੈ ਲੈਂਦੇ। ਸਹੀ ਗੱਲ ਹੈ, ਇੱਥੇ ਤੇ ਕਿਲੋ ਐਪਲ ਲੈਣੇ ਹੁਣ ਤੇ ਮੌਤ ਪੈ ਜਾਂਦੀ ਹੈ। ਦਿੱਤੇ ਹੀ ਲੈ ਕੇ 50ਵਾਂ ਦੇ ਉਹ ਵੀ ਖੱਟੇ। ਅਜੀਤ ਹਾਂਜੀ ਅੱਜ ਸੈਕਿੰਡ ਵੈਕਸੀਨ ਲਵਾਈ ਆ ਮੈਂ ਤੇ ਫੋਟੋ ਖਿੱਚ ਕੇ ਵਧੀਆ ਜੀ ਪਾਉਣਾ ਹੈ। ਵੈਕਸੀਨ ਲਵਾ ਕੇ ਤੇ ਲੋਕ ਇਦਾਂ ਫੋਟੋ ਪਾਉਂਦੇ ਨੇ ਜਿੱਦਾਂ ਹਮੇਸ਼ਾ ਅਮਰ ਰਹਿਣ ਵਾਲਾ ਟੀਕਾ ਲਵਾਇਆ ਹੋਵੇ। ਮੈਂ ਕਿਹਾ ਸਹੀ ਸਹੀ ਦੱਸਿਓ ਮੈਨੂੰ ਵਿਆਹ ਤੋਂ ਪਹਿਲਾਂ ਤੁਸੀਂ ਵੀ ਪਿਆਰ ਦੇ ਚੱਕਰ ਵਿੱਚ ਪਏ ਹੋ? ਜਿਵੇਂ ਤੈਨੂੰ ਸਹੀ ਦੱਸਾਂ ਨਾ, ਹਾਂ ਤੇ ਵਿਆਹ ਤੋਂ ਪਹਿਲਾਂ ਮੈਂ ਪਿਆਰ ਵਾਲੇ ਰਸਤੇ ਤੇ 2 ਕਦਮ ਤੁਰਿਆ ਤੇ ਹੈਗਾ ਹਾਂ। ਚੱਪਲ ਹੀ ਟੁੱਟ ਗਈ ਮੇਰੀ। ਟੁੱਟੀ ਨਹੀਂ ਹੋਣੀ, ਤੋੜੀ ਹੋਣੀ ਅਗਲਿਆਂ ਨੇ। ਮੈਂ ਕਿਹਾ ਮੈਨੂੰ ਪਤਾ ਲੱਗਾ ਸਾਡੇ ਦੇਸ਼ ਦੀ ਨਾ GDP ਵਧਣੀ ਸ਼ੁਰੂ ਹੋ ਗਈ ਆ। ਹਾਂ ਵਧਣੀ ਸ਼ੁਰੂ ਹੋ ਤੇ ਗਈ ਆ, ਪਰ ਤੈਨੂੰ ਪਤਾ GDP ਦੀ ਅਸਲੀ ਫੁੱਲ ਫਾਰਮ ਕੀ ਹੈ? ਨਹੀਂ ਉਹ ਕਹਿੰਦੀ ਗੈਸ ਡੀਜ਼ਲ ਪੈਟਰੋਲ ਵਧਣ ਡੀ ਆ, ਬਹੁਤ ਜ਼ਿਆਦਾ ਵਧਣ ਡੀ ਆ। ਗੈਸ ਇੰਨਾ ਮਹਿੰਗਾ, ਡੀਜ਼ਲ ਇੰਨਾ ਮਹਿੰਗਾ, ਪੈਟਰੋਲ ਤੇ। ਆ ਚੱਪਲ ਇੱਥੇ ਟੇਢੀ ਕਿਉਂ ਪਈ ਹੈ? ਚੱਪਲ ਸਿੱਧੀ ਹੋਵੇ ਜਾਂ ਟੇਢੀ, ਜਿੱਥੇ ਪਤੀ ਪਤਨੀ ਬੈਠੇ ਹੋਣ ਨਾ ਉੱਥੇ ਕੋਈ ਫਰਕ ਨਹੀਂ ਪੈਂਦਾ, ਲੜਾਈ ਹੋ ਕੇ ਰਹਿਣੀ ਹੁੰਦੀ ਹੈ।